ਕਮਲ ਅਨਮੋਲ ਮਹਿਕ ਤੇ ਕੋਪੀ ਆਵੀ ਉਧਰ ਮਨ ਭੇਜਾ ਗੁਰਜੰਟ ਗੋਰਾ ਜੱਗਾ ਸੁਖਦੇਵ ਕੁੱਲਾ ਮਹਾਬਲੀ ਤੇ ਪ੍ਰਿੰਸ ਵਡਾਲਾ ਬਹੁਤ ਹੀ ਵਧੀਆ ਅੱਜ ਇਸ ਖੇਡ ਮੈਦਾਨ ਦੇ ਵਿੱਚ ਮਿੱਤਰੋ ਟੱਕਰਾਂ ਹੋਣ ਵਾਲੀਆਂ ਅੱਜ ਹੁਣ ਦੇਖਦੇ ਹਾਂ ਕਿ ਕੌਣ ਬਾਜੀ ਜਿੱਤਦਾ ਤੇ ਕੌਣ ਹਾਰਦਾ ਦੋਹਾਂ ਟੀਮਾਂ ਵਿੱਚ ਇੱਕ ਤੋਂ ਇੱਕ ਚੜ ਕੇ ਖਿਡਾਰੀ ਆ ਨਹੀਂ ਜੇ ਬੋਲਦੇ ਖਿਡਾਰੀ ਖੜੇ ਆ ਇਸ ਗਰਾਊਂਡ ਦੇ ਵਿੱਚ ਇਹ ਇੱਕ ਬੇਨਤੀ ਕਰਦਾ ਕਿ ਮਿੱਤਰੋ ਜੇ ਵਾਕਿਆ ਹੀ ਮੈਚ ਦਾ ਸਵਾਦ ਲੈਣਾ ਨਾ ਤੇ ਗਰਾਊਂਡ ਖਾਲੀ ਕਰਨੀ ਪੈਣੀ ਉਧਰ ਹਰਿੰਦਰ ਸਿੰਘ ਆ ਲੋਕੀ ਵਰਗੇ ਤੁਸੀਂ ਖੜੇ ਆ ਮੰਗੀ ਖੇਡ ਮੈਦਾਨ ਦੇ ਅੱਜ ਬਾਹਰ ਖੜਾ ਜਿਵੇਂ ਆਖਦਾ ਤੁਹਾਨੂੰ ਮੰਗੇ ਸਰਾਂ ਦੀ ਧਰਤੀ ਤੇ ਲਾਉਂਦੇ ਗੁਰਜੰਟ ਤੇ ਭੁੱਲੇ ਦੇ ਜਿੰਨੇ ਜਫੇ ਆ ਨਿਊਜ਼ੀਲੈਂਡ ਵਾਲੇ ਵਿਕਰਮ ਦੀ ਜਗ੍ਹਾ ਉਹਨਾਂ ਦਾ ਭਰਾ ਭਿੰਦਾ ਖੇਡ ਮੈਦਾਨ ਦੇ ਵਿੱਚ ਖੜਾ ਇਹ ਅੱਜ ਨੋਟਾਂ ਦਾ ਮੀਂਹ ਵਿਰਾਊਗਾ ਇੱਕ ਸਿੱਖ ਨੇਸ਼ਨ ਟੀਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਤੁਹਾਡੇ ਅੱਜ ਦੇ ਮੈਚ ਦਾ ਤੇ ਗੁਰਜੰਟ ਸਿੰਘ ਨਿਊਜ਼ੀਲੈਂਡ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਆ ਬਈ ਇੱਕ ਯਾਦਗਾਰੀ ਤਸਵੀਰ ਇਹਨਾਂ ਦੋਹਾਂ ਟੀਮਾਂ ਦੇ ਨਾਲ ਸਰਪੰਚਾਂ ਤੇ ਸਾਡੇ ਪਿੰਡ ਦੇ ਬਜ਼ੁਰਗਵਾਰ ਉਹ ਮੋਹਤਬਾਰ ਤੇ ਪ੍ਰਬੰਧਕ ਕਮੇਟੀ ਇਧਰ ਸੇਬੂ ਜਿਹਨੂੰ ਕਬੱਡੀ ਦਾ ਕਾਲਾ ਨਾਗ ਆਖਦੇ ਆ ਵੀ ਕਹਿੰਦੇ ਜਿੱਥੇ ਕਵੀ ਕੁੰਡਲੀ ਪਾ ਕੇ ਬਹਿ ਜਾਂਦਾ ਮੁੜ ਕੇ ਕਿਸੇ ਨੂੰ ਉੱਠਣ ਜੋਗਾ ਨਹੀਂ ਛੱਡਦਾ ਬੜੇ ਬੜੇ ਵਧੀਆ ਅੱਜ ਖਿਡਾਰੀ ਸ਼ੇਰਾ ਦੋਹਾਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਬਈ ਮਿੱਤਰੋ ਆਪੋ ਆਪਣੀ ਚੇਨ ਲਾ ਲਓ ਕਿਉਂਕਿ ਕਾਫੀ ਸਮਾਂ ਹੋ ਰਿਹਾ ਅੱਜ ਖੇਡ ਮੈਦਾਨ ਦੇ ਵਿੱਚ ਨਿਤਰੀਏ ਕਹਿੰਦੇ ਨੇ ਮਨ ਨੂੰ ਹੋਇਆ ਨਸ਼ਾ ਲਗਾ ਕੇ ਬੈਲੀ ਬਾਦਾ ਤੇ ਜੂਆ ਖੇਡ ਜੁਆਰੀ ਕੋਰਟ ਕਚਹਿਰੀ ਮੜੀ ਮੁਕਦਮਾ ਮੱਤ ਜਾਵੇ ਜਦ ਮਾਰੀ ਜਦ ਕਿਸਮਤ ਵਿੱਚ ਹਾਰਾਂ ਹੋਵਣ ਤੇ ਚੱਲਦੀ ਨਹੀਂ ਹੁਸ਼ਿਆਰੀ ਉਹ ਨਾਲ ਸਮੇਂ ਦੇ ਰਲ ਕੇ ਚੱਲੀਏ ਇਹ ਹੈ ਦੁਨੀਆਦਾਰੀ ਉਹ ਕਹਿੰਦੇ ਨੇ ਕਿ ਮੰਦਿਆਂ ਸੰਗ ਨਹੀਂ ਬਹਿਣਾ ਬਾਅਦ ਚ ਅਸਰਦਾਰ ਹੁੰਦੇ ਆ ਔਲੇ ਦਾ ਖਾਤਾ ਤੇ ਸਿਆਣੇ ਦਾ ਕਹਿਣਾ ਅੱਜ ਬੰਨ ਸੁਵੰਨੇ ਨਸ਼ੇ ਲਗਾ ਕੇ ਬੰਨ ਲਿਆ ਮੁੱਢ ਉਜਾੜੇ ਦਾ ਉਹ ਕੌਡੀਓ ਹੀਰਾ ਬਣ ਜਾਂਦਾ ਜਿਹਨੂੰ ਲੱਗਦਾ ਇਸ਼ਕ ਅਖਾੜੇ ਦਾ ਹਾਂ ਧੰਦਾ ਜੀ ਧੰਦੇਸ਼ਾ ਜੀ ਸਰਪੰਚ ਸਾਹਿਬ ਨੂੰ ਮਿਲੋ ਆ ਕੇ ਕਿਉਂਕਿ ਇਹ ਪਵਿੱਤਰ ਅਖਾੜੇ ਆ ਜੋ ਸਾਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ੇ ਸੀ ਕਹਿੰਦੇ ਕਿ ਜਦੋਂ ਪਹਿਲਵਾਨੀ ਦਮ ਤੋੜ ਗਈ ਸੀ ਤਾਂ ਮਾਝੇ ਦੀ ਧਰਤੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਹਿਲਵਾਨਾਂ ਦੀ ਬਾਂਹ ਫੜੀ ਸੀ ਤੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੱਲ ਅਖਾੜੇ ਦੀ ਰਚਨਾ ਕਰਕੇ ਅਖਾੜੇ ਨੂੰ ਖਾੜਾ ਪਾਤਸ਼ਾਹ ਤੇ ਪਹਿਲਵਾਨ ਨੂੰ ਲੰਗੋਟੇ ਵਾਲੇ ਸੰਤ ਦਾ ਦਰਜਾ ਦਿੱਤਾ ਸੀ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਵਿੱਚ ਮਸਕੀਨੀਆ ਪਹਿਲਵਾਨ ਦਾ ਜ਼ਿਕਰ ਕਰਕੇ ਪਹਿਲਵਾਨੀ ਨੂੰ ਸੁਰੱਖਾਂ ਤੇ ਬਿਠਾ ਲਿਆ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਹੀ ਦੋ ਪਾਈਆਂ ਕਿ ਹੁਣ ਜੋ ਵੀ ਤਲਵਾਰ ਨਾਲ ਸੋਧਣਾ ਤੇ ਸਿੱਖ ਕੌਮ ਵਿੱਚ ਭਰਤੀ ਚੰਗੇ ਜੁੱਸੇ ਵਾਲੇ ਪਹਿਲਵਾਨ ਚਾਹੀਦੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਮੱਲ ਅਖਾੜੇ ਦੀ ਰਚਨਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਕਿ ਬਾਬਾ ਜੀ ਅੱਜ ਤੋਂ ਅਖਾੜੇ ਦੀ ਜ਼ਿੰਮੇਵਾਰੀ ਤੁਹਾਡੀ ਤੇ ਉਦੋਂ ਤੋਂ ਹੋਰ ਤਰ੍ਹਾਂ ਇਹ ਗਈ ਸੁਖਦੇਵ ਸੰਤੂ ਮੰਗਲ ਦੀ ਪਾਈ ਹੋਈ ਕਬੱਡੀ ਹੈ ਤੇ ਟੈਕਨੀਕਲ ਅੰਕ ਜਿਹੜਾ ਉਹ ਸੁਖਦੇਵ ਦੇ ਖਾਤੇ ਵੀ ਜਾਂਦਾ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕੱਥੂ ਮੰਗਲ ਦੇ ਖਾਤੇ ਜਾਂਦਾ ਹਾਂ ਬਈ ਆਹ ਕਾਲੇ ਨਾਗ ਨੇ ਮਾਰ ਲਿਆ ਕੁੰਡਲੀ ਬਈ ਅਗਲੀ ਕਬੱਡੀ ਉੱਚਾ ਲੰਮਾ ਗੱਭਰੂ ਉੱਚੀ ਲੰਮੀ ਹੇਕ ਆ ਸਾਹਮਣੀ ਮਾਏ ਪੂਣੀਆ ਮੈਨੂੰ ਮੁੰਡਾ ਲੈਣ ਦੇ ਵੇਖੇ ਕਮਲ ਕਮਲ ਦੀ ਪਾਈ ਹੋਈ ਕਬੱਡੀ ਆ ਬਈ ਤੇ ਉੱਧਰ ਗੋਰਾ ਰੋਕਣ ਦਾ ਯਤਨ ਕਰਦਾ ਪਰ ਗੱਭਰੂ ਬਹੁਤ ਇਤਰਾਰ ਤੇ ਉੱਚੇ ਲੰਮੇ ਕੱਦ ਦਾ ਪੂਰਾ ਲਾਹਾ ਪ੍ਰਿੰਸ ਆ ਪ੍ਰਿੰਸ ਬਈ ਮੁੰਡਾ ਕਬੱਡੀ ਪਾਉਂਦਾ ਬੜਾ ਗੂੜਾ ਪੱਕਾ ਰੰਗ ਹੈ ਉਹ ਜਨਾਨੀਆਂ ਕਹਿੰਦੀਆਂ ਹੁੰਦੀਆਂ ਇਹੋ ਜਿਹੇ ਮੁੰਡੇ ਨੂੰ ਵੇਖ ਕੇ ਕਿ ਕਾਲੇ ਕੋਲ ਮੰਜਾ ਨਹੀਂ ਡਾਉਣਾ ਤੇ ਲਿਸ਼ਕੂ ਤੇ ਪੈ ਜੂ ਬਿਜਲੀ ਉਹ ਪ੍ਰਿੰਸ ਦੀ ਪਾਈ ਹੋਈ ਕਬੱਡੀ ਆ ਅੱਛਾ ਹੋ ਜਾਣੇ ਵੀ ਚਿਹਰੇ ਚ ਆ ਸੇਬੂ ਖੜਾ ਸੁਖਦੇਵ ਖੜਾ ਆਨੰਦ ਗੁਰਬਚਨ ਵਰਗੇ ਗੱਭਰੂ ਖੜੇ ਆ ਤੇ ਅੰਕ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕੱਥੂ ਨੰਗਲ ਦੇ ਖਾਤੇ ਵੀ ਜਾਂਦਾ ਆ ਅਨਮੋਲ ਖੇਡ ਮੈਦਾਨਾਂ ਦਾ ਅਨਮੋਲ ਹੀਰਾ ਸਿੰਘ ਸਰਦਾਰ ਗੱਭਰੂ ਅਨਮੋਲ ਦੀ ਪਾਈ ਹੋਈ ਕਬੱਡੀ ਅਣ ਵੇਖਣਾ ਮਨ ਘੁੱਲਾ
महाबली ते गोरे वर्गे गभरू हुए हाँ हाँ मन 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 बड़ा उतरा जाए दा मार गया भाई समझ नहीं आउण दित्ती ते अनमोल बड़ा ते इतरार ते अंक गुरदासपुरी दे खाते भी जुड़दा हाँ भी ते जा अगली कबड्डी ते पढ़ा पढ़िया लिखा गभरू है होटल ते मैनेजमेंट का डिप्लोमा करके अमृतसर एक फाइव स्टार होटल दे विच नौकरी भी करता है गबरू ते नाल खेड मैदानां दे भी जुड़िया आ भेजे दी पाई हुई कबड्डी आ हां पोए वाली है भेजे दी पाई हुई कबड्डी ते इधर देखना सुखदेव ते भेजा ओनू सामने खड़ गए ते हंदे दूर नहीं ते एक अंक जेड़ा ओ बाबा बुढ़ा साहिब स्पोर्ट्स क्लब कठू नगर दे खाते जांदा बसना हाँ भाई बसन की पाई हुई कबड्डी है बड़ा लंबा तजर्बा इस गबरू खेड मैदान का बड़े चिर तो खेड मैदान में जुड़िया ओ गोरे नु कीता टच ते बसन रोकण का जतन करता पर बसन बाही ही लिया जाना मित्रा हाँ भाई सिंह सरदार डड्डिया वाले जगे की पाई हुई कबड्डी है कहिंदे ने तिखी तलवार ने सानू जन्म दिता मिली गुड़ती है खंडे की धार विचों ओ सबर सिंह दे सिर दस्तार सोहे साडा वखरा रोह संसार विचों बंद बंद कटाए असी सी नहीं कीती ओ लखां होणियां साडे तो हारियां ने सानू एवें दी लोक सरदार कहिंदे सिर दे के लईआं सरदारियां ने गुप्पी बाबा नामदेव साहब जी की चरण छो प्राप्त धरती घुमान तो आया गबरू कबड्डी पाउंदा गोपी घुमान इस खेड मैदान दे विच भाई हाँ कौन रोकदा अजे तक जे गल करिए ते एक जफा अजे तक एक जफा गुरदासपुर वाले दा होया भी अमृतसर वाले तुहाडा अजे खाता नहीं खुल्लिया हाँ भाई सुखदेव संतू नंगल कबड्डी दे खेड मैदानां विच गबरू सुखा 57 करके जानदे आ हाँ भाई सरपंच सरदार संदीप सिंह जी मांगा सराए सरदार सरबजीत सिंह जी मैंबर एनआई वीर सुखदेव सिंह सरपंच वालों ते नौजवान वीर वालों गरीब बच्चियां दा चाह पानी इन्हां वालों फ्री अते अखां दे ऑपरेशन अते लोड़वंद मेडिकल दी सहायता भी दित्ती जाएगी जी बहुत बहुत धन्यवाद बड़ा वधिया सोच है सरपंच साहब की गरीबां दीआं व्याहां शादियां दे बच्चियां विच इन्हां ने कहा है कि असीं चाह पानी दा खर्चा सारा चुकण नूं तैयार है सरपंच साहब वल्लों बहुत वधिया क्योंकि गरीब दा मूंह ही गुरू की गोलक हुंदी है आओ इक कबड्डी प्रिंस बडाले वाले प्रिंस दी पाई हुई कबड्डी आ बई चौहों जाने दी चेन विचों आओ वेखो किड्डा सोहणा डांस कीता सेबू ने ते सामने आ गुरबच्चन प्रिंस नूं रोकण दा यतन करदा है भोमा बडाला नगर है उस नगर तों आया ओह जिथे बाबा रोडा दे दर ते शराब चढ़दी है बाबा रोडा लग गया मोडा घड़ी दियां सुइयां नहीं किसे दा लिहाज कर दियां हाँ भाई चढ़दी बरेस है 18-19 साल उम्र है गबरू दी रूपो ही चुगावा तुहाडे नेड़े पिंड है गबरू दा महक नाम है एएसआई दा पुत्तर है हाँ भाई मित्रो ओ कबड्डी पाउंदा खेड मैदान दे विच हाँ कुल्ला 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 मैग मैग कुल्ला 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 मैग ते लाइन क्रॉस होगी मित्रा मेरे कोल हाँ भाई अगला देखो कौन जफा लाउंदा इधर पोए बाल दी धरती दा भेजा इधर भेजे दी पाई हुई कबड्डी आ भाई आ कौन रोकदा गुरबचन नंद सुखदेव सेबू हाँ 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 शालू ने दूसर कहें टेक्निकल अंक जेड़ा टेक्निकल अंक जेड़ा वो भेजे भोवाल के खाते भी जाता आ भाई कमल कमल की पाई हुई कबड्डी है उच्चा लम्मा गबरू है भरवा जुस्सा है ते गबरू जदों धरती ते तुरदा है ना ते जमीन चो आवाजा आउंदियां हाय मम्मी चल मा गबरू है लगभग मंडल तो बाद भारी हाँ भाई आ वेख आ चिड़ी बाज ने लड़ती देख लो भाई मन बड़ा चीड़ा जाफी है खड़ा बारा इहदी गल है इधर जगह डड्डियां वाला
ਡੱਡੀਆਂ ਮਜੀਠਾ ਤੇ ਕੱਥੂ ਮੰਗਲ ਦੇ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਡੱਡੀਆਂ ਕਲੇਰ ਉਸ ਧਰਤੀ ਦਾ ਇਹ ਸਿੰਘ ਸਰਦਾਰ ਗੱਭਰੂ ਨਰੇਸ਼ਕੇ ਦੇ ਤੰਦ ਨਹੀਂ ਪਾਏ ਅਸਾਂ ਅਸੀਂ ਚਰਖੜੀਆਂ ਦੇ ਵੀ ਜੜੇ ਹੋਏ ਆ ਉਹ ਅੱਗ ਵਾਂਗਰਾਂ ਮੱਝੀਏ ਮੈਦਾਨ ਅੰਦਰ 1.25 ਲੱਖ ਨਾਲ ਕੱਲੇ ਕੱਲੇ ਲੜੇ ਹੋਏ ਆ ਕੱਚਾ ਕੜਾ ਨੀ ਸੋਹਣੀ ਦਾ ਜੋ ਖੁਰ ਜਾਵੇ ਅਸੀਂ ਉੱਪਰ ਦੀਆਂ ਦੇਗਾਂ ਵਿੱਚ ਕੜੇ ਹੋਏ ਆ ਸਿਰ ਦੇ ਕੇ ਜਿੱਥੋਂ ਦੀ ਫੀਸ ਤਰਦੀ ਅਸੀਂ ਉਹਨਾਂ ਸਕੂਲਾਂ ਦੇ ਪੜੇ ਹੋਏ ਆ ਹਾਂ ਬਈ ਆ ਕੀ ਆਖਦੀ ਆ ਮਿਸਲ ਮਿਸਲ ਕੀ ਆਖਦੀ ਆ ਘੁੱਲੇ ਦਾ ਜੱਫਾ ਹੋ ਗਿਆ ਬਈ ਘੁੱਲੇ ਦਾ ਜੱਫਾ ਹੋ ਗਿਆ 100 ਰੁਪਇਆ ਸਰਦਾਰ ਦਿਲਬਾਗ ਸਿੰਘ ਵੱਲੋਂ ਤੇ 100-100 ਰੁਪਇਆ ਬਈ ਆ ਬਿਕਰਮਜੀਤ ਸਿੰਘ ਜੀ ਨਿਊਜ਼ੀਲੈਂਡ ਤੇ ਸਰਪੰਚ ਸਾਹਿਬ ਵੱਲੋਂ ਇਹ ਤੁਸੀਂ ਆਪਣਾ ਹਿਸਾਬ ਆਪ ਰੱਖ ਲਿਓ ਜੀ ਅਜੈਬ ਸਿੰਘ ਵੱਲੋਂ ਵੀ ਘੁੱਲੇ ਲਈ 100 ਰੁਪਇਆ ਵੀ ਮਿਲ ਜਾਣਾ ਘੁੱਲੇ ਸਾਰਿਆਂ ਵੀਰਾਂ ਨੂੰ ਹਾਂ ਬਈ ਜੱਫਾ ਹੋ ਗਿਆ ਹੈ ਕਿਹਨੇ ਲਾਇਆ ਜੱਫਾ ਬਈ ਗਬਜਰ ਜੱਫਾ ਸੇਬੂ ਹਾਂ ਬਈ ਇੱਧਰ ਅਨਮੋਲ ਤੇ ਪਾਈ ਹੋ ਕਬੱਡੀ ਆ ਅਨਮੋਲ ਛੋਟੀ ਉਮਰ ਹੈ ਗੱਭਰੂ ਦੀ ਉਮਰ ਛੋਟੀ ਹੈ ਹਾਂ ਬਈ ਇੱਕੋ ਜਿਹਾ ਭਾਰ ਇੱਕੋ ਜਿਹਾ ਸਰੀਰ ਇੱਕੋ ਜਿਹਾ ਭਾਰ ਤੇ ਇੱਕੋ ਜਿਹਾ ਸਰੀਰ ਹੈ ਤੇ ਅੰਕ ਅਨਮੋਲ ਦੇ ਖਾਤੇ ਵੀ ਜਾਂਦਾ ਹਾਂ ਬਈ ਅਗਲੀ ਕਬੱਡੀ ਪ੍ਰਿੰਸ ਭੂਮਾ ਵਡਾਲਾ ਇਹ ਲੱਗਦਾ ਪ੍ਰਿੰਸ ਅੱਜ ਬਾਬੇ ਰੋਡੇ ਦਾ ਪ੍ਰਸ਼ਾਦ ਲੈ ਕੇ ਨਹੀਂ ਆਇਆ ਹਰ ਕਬੱਡੀ ਦੇ ਵੀਰੇ ਤਾੜੀ ਵੱਜੇ ਤੇ ਨਜ਼ਾਰਾ ਹੀ ਹੋਰ ਹੈ ਐਨਰਜੀ ਮਿਲਦੀ ਹੈ ਖਿਡਾਰੀਆਂ ਨੂੰ ਇੱਧਰ ਪ੍ਰਿੰਸ ਤੇ ਪਾਈ ਹੋਈ ਕਬੱਡੀ ਆ ਗਈ ਵੀ ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਗਰਾਊਂਡ ਵਿੱਚ ਪਾਣੀ ਪੁੱਜਦਾ ਕਰ ਦਿਓ ਹਾਂ ਬਈ ਸੇਬੂ ਤੇ ਪ੍ਰਿੰਸ ਪਤਾ ਨਹੀਂ ਲੱਗਦਾ ਇੱਕੋ ਜਿਹੀਆਂ ਨਿੱਕਰਾਂ ਪਾਈਆਂ ਇੱਕੋ ਜਿਹੇ ਰੰਗ ਰੂਪ ਆ ਹਾਂ ਬਈ ਇੱਕ ਅੰਕ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਦੇ ਖਾਤੇ ਵਿੱਚ ਜੁੜਦਾ ਅਗਲੀ ਕਬੱਡੀ ਗੋਪੀ ਬਾਬਾ ਨਾਮਦੇਵ ਜੀ ਕਹਿੰਦੇ ਨੇ ਸਭ ਤੋਂ ਵੱਧ ਭਗਵਾਨ ਦੇ ਦਰਸ਼ਨ ਕਰਨ ਵਾਲੀ ਮਹਾਨ ਹਸਤੀ ਧੰਨ ਧੰਨ ਬਾਬਾ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਮਾਲਾ ਤੋਂ ਆਇਆ ਹੈ ਗੱਭਰੂ ਆਵੇਖ ਗੋਰਾ ਗੋਰਾ ਗੋਪੀ ਗੋਰਾ 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 ਤੇ ਉਹ ਗੋਪੀ ਇੱਕ ਅੰਕ ਹੋਰ ਗੁਰਦਾਸਪੁਰ ਦੇ ਖਾਤੇ ਵਿੱਚ ਜੁੜਦਾ ਹੋਇਆ ਭੋਵਾਲ ਦੀ ਧਰਤੀ ਦਾ ਗੱਭਰੂ ਪੇਛਾ ਅਗਲੀ ਕਬੱਡੀ ਪਾਉਂਦਾ ਬਈ ਪੜ੍ਹਿਆ ਲਿਖਿਆ ਗੱਭਰੂ ਆ ਮਿੱਤਰੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅੰਮ੍ਰਿਤਸਰ ਦੇ 5-star ਹੋਟਲ ਵਿੱਚ ਨੌਕਰੀ ਵੀ ਕਰਦਾ ਤੇ ਨਾਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨਾਲ ਵੀ ਪਿਆਰ ਹੈ ਕਹਿੰਦਾ ਸੁਣੋ ਪੰਜਾਬੀ ਜੋ ਦਿਓ ਕਿ ਰੋਹਬ ਗਵਾ ਲੇ ਛੱਡ ਕੇ ਘੋ ਕਬੱਡੀਆਂ ਗੱਲ ਨਸ਼ੇ ਲਗਾ ਲੇ ਹਰ ਪਾਸੋਂ ਪੈਂਦੀਆਂ ਲਾਹਨਤਾਂ ਬੇਈਮਾਨਾਂ ਚੋਰਾਂ ਨੂੰ ਉਹ ਸੇਬੂ ਦੁਨੀਆ ਮੰਨਦੀ ਜੋਰਾਂ ਨੂੰ ਲਾਹਨਤਾਂ ਕਮਜ਼ੋਰਾਂ ਨੂੰ ਪੈਂਗ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕੱਥੂ ਨਗਰ ਦੇ ਖਾਤੇ ਹਾਂ ਵੀ ਛੰਨਾ ਢੜਿਆਲੇ ਨੱਪ ਦੀ ਧਰਤੀ ਦਾ ਹੈ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਛੰਨੇ ਦੀ ਪਾਈ ਹੋਈ ਕਬੱਡੀ ਹੈ ਇੱਕ ਬੇਨਤੀ ਹੈ ਵੀਰ ਜੀ ਜਦੋਂ ਇੱਥੇ ਆ ਜਾਂਦੇ ਆ ਨਾ ਤੇ ਉਧਰੋਂ ਕੈਮਰੇ ਨੂੰ ਥੋੜਾ ਜਿਹਾ ਮੁਸ਼ਕਿਲ ਆਉਂਦੀ ਹੈ ਕਿਉਂਕਿ ਲਾਈਵ ਚੱਲ ਰਿਹਾ ਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਇਸ ਵੇਲੇ ਲਾਈਵ ਦੇ ਨਾਲ ਜੁੜੀਆਂ ਹਾਂ ਵੀ ਅਗਲੀ ਕਬੱਡੀ ਪਾਉਣ ਦੇ ਲਈ ਇਹ ਡੱਡੀਆਂ ਦਾ ਬਈ ਕਮਾਲ ਦੀ ਗੱਲ ਹੈ ਇੱਧਰ ਜੱਗੇ ਦੀ ਪਾਈ ਹੋਈ ਕਬੱਡੀ ਹੈ ਤੇ ਇੱਧਰ ਚੌਹਾਂ ਜਾਣੇ ਦੀ ਚੇਨ ਵਿੱਚੋਂ ਵੇਖਣਾ ਕਿ ਕੌਣ ਰੋਕਦਾ ਇਸ ਗੱਭਰੂ ਨੂੰ ਸੇਬੂ ਜੱਗਾ ਸੇਬੂ ਜੱਗਾ ਸੇਬੂ ਉਹ ਕਾਲੇ ਨਾਗ ਨੇ ਬਲੇਵਾ ਪਾ ਲਿਆ ਬਈ ਇੱਧਰ ਵੇਖ ਲਿਓ ਰੈਫਲੀ ਰੈਫਰੀ ਸਾਹਿਬ ਬਿਲਕੁਲ ਬਿਲਕੁਲ ਬਾਰਡਰ ਤੇ ਲੜਾਈਆਂ ਹੋ ਰਹੀਆਂ ਤੇ ਜੱਫਾ ਹੋ ਗਿਆ ਸੇਬੂ ਦਾ ਤੀਸਰਾ ਜੱਫੂ ਦਾ ਤੀਸਰਾ ਜੱਫਾ ਹੋ ਗਿਆ ਸਰਪੰਚ ਜੀ ਮਹਿਕ ਰੂਪੋਲੀ ਚਗਾਵੇ ਦਾ ਗੱਭਰੂ ਮਹਿਕ ਦੀ ਪਾਈ ਹੋਈ ਕਬੱਡੀ ਆ ਉਹ ਸਾਹਮਣੇ ਘੁੱਲਾ ਚਾਈਨਾ ਮਹਾਬਲੀ ਤੇ ਮਹਿਕ ਚਗਾਵੇ ਵਾਲਾ ਬੜਾ ਤੇਜ਼ ਤਰਾਰ ਹੈ ਗੱਭਰੂ ਇਹਨੂੰ ਬੱਚਾ ਨਾ ਸਮਝੋ 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 ਉਹ ਪੈ ਗਈ ਉਹ ਪੈ ਗਈ ਉਹ 1.5 ਕੁਇੰਟਲ ਦੀ ਬੋਰੀ ਪੈ ਗਈ ਉੱਤੇ ਪੈ ਗਈ ਬੋਰੀ 1.5 ਕੁਇੰਟਲ ਦੀ ਉਹ ਪੈ ਗਈ ਉਹ ਪੈ ਗਈ ਬੋਰੀ 1.5 ਕੁਇੰਟਲ ਦੀ ਹਾਂਜੀ ਚੇਨੇ ਦੇ ਜੱਫੇ ਤੇ 100 ਰੁਪਇਆ ਦਿਲਬਾਗ ਸਿੰਘ ਠੇਕੇਦਾਰ ਵੱਲੋਂ ਆ ਬਈ ਇੱਧਰ ਸਰਪੰਚ ਸਾਹਿਬ ਤੇ ਬਿਕਰਮਜੀਤ ਸਿੰਘ ਨਿਊਜ਼ੀਲੈਂਡ ਵੱਲੋਂ ਆ ਘੁੱਲੇ ਦਾ 15,000 ਦੇ ਮੋਬਾਈਲ ਨਾਲ ਅੱਜ ਸਨਮਾਨ ਹੋਣਾ ਇੱਕ ਵਾਰ ਤਾੜੀਆਂ ਮਾਰ ਦਿਓ ਵੀ ਘੁੱਲੇ ਦੀ ਅੱਗੇ ਕਮਲ ਕਮਲ ਦੀ ਪਾਈ ਹੋਈ ਕਬੱਡੀ ਆ
कमल दी पाई हुई कबड्डी है, कमल तगड़ा हो, असली जोड़ी दे तेरी महामली ना बढ़ती है। इधर वेख मान मन, पर कमल बड़ा तेज तरार पहला भाप गया, तेंक गुरदासपुर के खाते भी जाते। सरदार काबल सिंह त्रिवेदी भी इसलिए इशारा करती है कि अंक रेडर का हो गया। अगली कबड्डी प्रिंस भोमा वडाला, इधर सरदार दिलबाग सिंह जी ठेकेदार वाले हर जफे च 100-100 रुपये का भी बनाया जा रहा है। ਇਹਦੇ ਵਿੱਚ ਸੇਬੂ ਦੇ 3 ਜੱਫੇ ਹੋਏ ਆ, ਘੁੱਲੇ ਦਾ 1 ਤੇ 1 ਚੈਨੇ ਦਾ ਜੱਫਾ ਹੋਇਆ। ਨੰਦ ਤੇ ਪ੍ਰਿੰਸ, ਪ੍ਰਿੰਸ ਤੇ ਨੰਦ, ਹਾਂ ਬਈ ਮਿੱਤਰਾ ਹੁਣ ਨਹੀਂ ਗੱਲ ਬਣਦੀ ਤੇ ਅੰਕ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਦੇ ਖਾਤੇ ਵਿੱਚ ਜਾਂਦਾ। ਅਗਲੀ ਕਬੱਡੀ ਬੱਸਾਂ ਤਾੜੀ ਜ਼ਰੂਰ ਮਾਰਿਆ ਕਰੋ ਬਈ, ਗੱਭਰੂਆਂ ਦਾ ਜ਼ੋਰ ਲੱਗਦਾ। ਉਹ ਮੁੜਕੋ ਮੁੜਕੀ ਹੋ ਗਿਆ ਸੀਨਾ ਜ਼ੋਰ ਚੋਪਰਾ ਦਾ, ਕੰਡਾ ਵੀ ਨਹੀਂ ਚੁੱਕਦਾ ਜਿਸਮ ਕਸੋਰ ਚੋਪਰਾ ਦਾ। ਉਹ ਕਠੋਰ ਜਿਸਮ ਦੇ ਵਿੱਚ ਚੁੱਭੀਆਂ ਨਹੀਂ ਵੱਡੀਆਂ ਜਾਂਦੀਆਂ, ਇੰਨੇ ਕਮਾਏ ਹੋ ਸਰੀਰ ਤੇ ਅੰਕ ਅੰਕ ਗੁਰਦਾਸਪੁਰ ਦੇ ਖਾਤੇ ਵਿੱਚ ਜਾਂਦਾ। ਹਾਂ ਬਈ, ਅਗਲੀ ਕਬੱਡੀ ਧੋਏ ਵਾਲੀ ਹੈ, ਭੇਜੇ ਦੀ ਪਾਈ ਹੋਈ ਕਬੱਡੀ ਹੈ, ਸੁਪਰ ਸਟਾਰ ਖਿਡਾਰੀ ਹੈ, ਵੱਡਿਆਂ ਵੱਡਿਆਂ ਕੱਪਾਂ ਦਾ ਸ਼ਿੰਗਾਰ ਹੈ ਗੱਭਰੂ। ਅੱਜ ਘੁੱਲੇ ਪਹਿਲਵਾਨ ਦੇ ਨਾਲ ਯਰਾਨਾ ਪਗਾਉਣ ਦੇ ਲਈ ਇਸ ਖੇਡ ਮੈਦਾਨ ਦੇ ਵਿੱਚ ਆਇਆ ਹੈ। ਇੱਧਰ ਭੇਜੇ ਧੋਏ ਵਾਲੀ ਇਹਦੀ ਪਾਈ ਹੋਈ ਕਬੱਡੀ ਹੈ ਤੇ ਹਲਕਾ ਜਿਹਾ ਪੈਰ ਤੇ ਟੱਚ ਮਾਰਿਆ ਸੁਖਦੇਵ ਦੇ, ਤੇ ਕਹਿੰਦੇ ਆ ਸ਼ਾਲੂ ਦੀ ਵਿਸਲ ਇਸ਼ਾਰਾ ਕਰ ਗਈ ਤੇ ਅੰਕ ਰੇਡਰ ਦਾ ਹੋ ਗਿਆ। ਅਨਮੋਲ ਬਈ ਆ ਚੜ੍ਹਦੀ ਵਿਰੇਸ, ਛੋਟੀ ਉਮਰ ਦਾ ਗੱਭਰੂ ਹੈ, ਬੜਾ ਤੇਜ ਤੇ ਤਰਾਰ ਆ। ਉਹ ਬਈ ਇਹਨੇ ਵੀ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ, ਹਾਂ ਗੋਰਿਆ ਚੈਨਿਆਂ ਤੇ ਘੁੱਲਿਆ ਆ, ਲਾ ਦੇ ਬੁੱਕ ਭਰ ਕੇ ਓਦਾਂ ਹੀ ਸੁੱਟ ਦੇ ਉਹਦੇ। ਇਹ ਕਹੀ ਅਨਮੋਲ ਲਈ ਤਾੜੀ ਬਣਦੀ ਆ, ਇਹ ਤਾੜੀ ਦਾ ਹੱਕਦਾਰ ਹੈ ਗੱਭਰੂ, ਮਾਰ ਦਿਆ ਕਰੋ ਤਾੜੀ, ਘੱਟਾ ਹੀ ਜਾ ਹੋ ਗਿਆ ਕਰੋ। ਹਾਂ ਆ ਸਿੰਘ ਸਰਦਾਰ ਗੱਭਰੂ ਗੱਡੀਆਂ ਵਾਲੇ ਜੱਗੇ ਦੀ ਪਾਈ ਹੋਈ ਕਬੱਡੀ ਆ, ਜੱਗੇ ਨੇ ਬਹੁਤ ਸੋਹਣੀਆਂ ਕਬੱਡੀਆਂ ਪਾਈਆਂ, ਇੱਕ ਜੱਫਾ ਦਾ ਸੇਬੂ ਲਾ ਗਿਆ, ਪਰ ਇਹ ਗੱਲ ਹੈ ਕਿ ਜੱਗੇ ਨੇ ਕਬੱਡੀਆਂ ਵੀ ਕਮਾਲ ਦੀਆਂ ਪਾਈਆਂ ਤੇ ਉਹ ਸੇਬੂ ਨੂੰ ਮਾਰਿਆ ਹਲਕਾ ਜਿਹਾ ਟੱਚ ਤੇ ਅੰਕ ਕੱਠੂ ਨੰਗਰ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਦੇ ਖਾਤੇ ਵਿੱਚ ਜਾਂਦਾ। ਆ ਵੀ ਘੁਮਾਉਣ ਵਾਲਾ ਗੋਪੀ, ਇਹਦਾ ਗੋਪੀ ਵੀ ਪਾਈ ਹੋਈ ਕਬੱਡੀ ਆ। ਬਾਬਾ ਨਾਮਦੇਵ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੋਂ ਆਇਆ ਹੈ ਗੱਭਰੂ, ਗੋਪੀ ਕਮਾਂਡ ਦੀ ਪਾਈ ਹੋਈ ਕਬੱਡੀ ਹੈ। ਗੋਰੇ ਨੂੰ ਹਲਕਾ ਜਿਹਾ ਟੱਚ ਤੇ ਅੰਕ ਗੁਰਦਾਸਪੁਰ ਦੇ ਖਾਤੇ ਵੀ ਜਾਂਦਾ। ਅੱਧਾ ਸਮਾਂ ਹੋ ਗਿਆ ਬਾਈ, ਅੱਧਾ ਸਮਾਂ ਹੋ ਗਿਆ, ਆ ਰੱਸੇ ਵਾਲੇ ਵੀਰੋ ਆਪਣਾ ਨਾਮ ਲੈ ਦਿਓ ਜੀ, ਮਾਂਗਾ ਤੇ ਹਾਂ ਮਾਂਗੇ ਆ, ਜੇਤੂ ਟੀਮ ਮਾਂਗੇ ਦੀ ਆ ਬਾਈ। ਹਾਂ ਬਈ ਇੱਧਰ ਸਰਪੰਚ ਸਾਹਿਬ, ਹਾਂ ਰੱਸੇ ਵਾਲੀ ਟੀਮ ਆਪਣਾ ਇਨਾਮ ਲੈ ਜਾਵੇ। 17.5 ਅੰਕ ਹੈ ਜੀ ਗੁਰਦਾਸਪੁਰ ਦੇ, ਤੇ 15 ਅੰਕ ਹੈ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਕੱਥੂ ਨੰਗਲ ਦੇ। ਹਾਂਜੀ ਸਰਦਾਰ ਸੁਖਦੇਵ ਸਿੰਘ ਸਰਪੰਚ, ਸਰਦਾਰ ਸੰਦੀਪ ਸਿੰਘ ਜੀ ਮਾਗਾ ਸਰਾਏ, ਭਿੰਦੇ ਸ਼ਾਹ ਜੀ, ਸਰਬਜੀਤ ਸਿੰਘ ਜੀ ਮੈਂਬਰ ਨਾਲ ਕੋਈ ਵੀ ਵੀਰ ਸੰਪਰਕ ਕਰ ਲਓ, ਤੇ NRI ਵੀਰ ਤੇ ਸੁਖਦੇਵ ਸਿੰਘ ਸਰਪੰਚ ਅਤੇ ਜਿਨ੍ਹਾਂ ਨੌਜਵਾਨਾਂ ਦੇ ਮੇਰੇ ਵੱਲੋਂ ਨਾਮ ਬੋਲੇ ਗਏ ਆ, ਇਹਨਾਂ ਵੀਰਾਂ ਵੱਲੋਂ ਗਰੀਬ ਬੱਚਿਆਂ ਦੀ ਵਿਆਹਾਂ ਉੱਤੇ ਚਾਹ ਪਾਣੀ ਦਾ ਇਹਨਾਂ ਵੱਲੋਂ ਫ੍ਰੀ, ਤੇ ਅੱਖਾਂ ਦੇ ਆਪਰੇਸ਼ਨ ਜੇ ਕਿਸੇ ਨੇ ਕਰਾਉਣਾ ਹੋਵੇ ਤੇ ਇਹਨਾਂ ਵੱਲੋਂ ਫ੍ਰੀ ਕਰਵਾਏ ਜਾਣਗੇ। ਇਸ ਕਰਕੇ ਬੇਨਤੀ ਹੈ ਕਿ ਜੇ ਕਿਸੇ ਨੇ ਆਪਣੀ ਬੇਟੀ ਦੇ ਵਿਆਹ ਵਿੱਚ ਕੋਈ ਮਾਲੀ ਸਹਾਇਤਾ ਲੈਣੀ ਆ ਤੇ ਉਹ ਇਹਨਾਂ ਨਾਲ ਸੰਪਰਕ ਕਰੋ, ਕਿਸੇ ਨੇ ਅੱਖਾਂ ਦਾ ਆਪਰੇਸ਼ਨ ਕਰਾਉਣਾ ਤੇ ਉਹ ਵੀ ਇਹਨਾਂ ਨਾਲ ਸੰਪਰਕ ਕਰੋ, ਤੇ ਜਾਂ ਕੋਈ ਹੋਰ ਡਾਕਟਰੀ ਸਹੂਲਤ ਲੈਣੀ ਹੈ ਤੇ ਇਹਨਾਂ ਨਾਲ ਸੰਪਰਕ ਕਰੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ, ਕਹਿੰਦੇ ਆ ਮਾਂ ਹੁੰਦੀ ਏ ਮਾਂ ਵਾ ਦੁਨੀਆ ਵਾਲਿਓ, ਇੱਕ ਮਾਂ ਏ ਰੱਬ ਦੇ ਨਾਂ ਵਾ ਦੁਨੀਆ ਵਾਲਿਓ। ਬੋਲਣਾ ਨਹੀਂ ਸੀ ਆਉਂਦਾ ਜਦੋਂ ਨਾਂ ਲੈਣਾ ਸਿੱਖਿਆ, ਰੱਬ ਕਹਿਣ ਨਾਲੋ ਤੈਨੂੰ ਮਾਂ ਕਹਿਣਾ ਸਿੱਖਿਆ। ਗੁਰੂ ਪਿਆਰੀ ਸਾਹਿਬ ਸੰਗਤ, ਮੇਰੇ ਪਿਤਾ ਜੀ ਦੀ ਡੈਥ ਹੋ ਗਈ ਏ ਤੇ ਮਾਤਾ ਜੀ ਠੀਕ ਨਹੀਂ ਰਹਿੰਦੇ। ਮੈਂ ਅੰਮ੍ਰਿਤਧਾਰੀ ਸਿੰਘ ਆ, ਮੇਰਾ ਜੀ ਨਹੀਂ ਕਰਦਾ ਕਿ ਮੈਦਾਨਾਂ ਦੇ ਵਿੱਚ ਜੋ ਤੁਹਾਡੇ ਸਾਹਮਣੇ ਕਰਤੱਬ ਕਰਨ ਲੱਗਾ ਵਾ ਮੈਂ ਉਹ ਕਰਤੱਬ ਕਰਾਂ।
क्योंकि मैनू मजबूरी है माता दे इलाज वास्ते, ते मैं ये गेम करके तुहाडे चरणां दे विच इक गेरी लवांगे। मेरा वध तों वध मान सन्मान करना गुरु प्यारी साहब संगत, मैं अपनी मां वास्ते ये काम करदा वा, ते मेरा वध करके मान सन्मान करना। मेरी गेम दा प्रदर्शन वेख के मैं तुहाडे इक चरणां दे विच गेरी लवांगा। वाहिगुरु जी का खालसा, वाहिगुरु जी की फतेह। लो भी मिलियो, इस गबरू का जिन्ना भी होए मान सम्मान जरूर कर दियो। ते इधर एक बार फिर दस दिया, किसी ने अपनी बेटी के विआह वास्ते कोई माली सहायता लेनी हो तो चाह पानी का अरेजमेंट होगा। पानी वाले वीर जी पानी नहीं ग्राउंड में पहुंचा, पानी वाले वीर जी एक बार कबड्डी खिलाड़ियों पानी पुजदा कर दो जी। दूसरा हरजिंदर सिंह जिंदे वालों हर जत्थे का 200 रुपया। हां जी गुरजीवन सिंह जी मां बोली नाल बड़ा प्यार करते हैं। इधर वेखो हैंडीकैप कहते ने कि कल जिसकी लचारी पे हंसता था तू है पर्वत, अज वही खड़ा है तेरी चोटी पे बसाखियां लेट कर। ये की पापी पेट नहीं करना पैंदा, प्यो दा साया सिर ते नहीं, कल्ला कल्ला कल्ली इको मां दा कल्ला कल्ला पुत, ते सारा घर दा गुजारा जिहड़ा है बीमार मां दा इलाज घर दा रोटी पानी इहदे सिरों चलदा। ते वीरो जिन्नी भी हो सकदी थोड़ी बहुती 5, 10, 20, 30, 40, 50 जिन्ना भी हो सकदा इहो जिहे लोकां नूं दिओ। इह लोक भिखारी नहीं है, ये लोग भिखारी नहीं है, अपनी कला का मुल मंगते हैं। सरदार महिंदर सिंह जी प्रजापत का बेटा हरजिंदर सिंह जिंदा हर जफे 200 रुपया। हाँ भाई हरजिंदर सिंह सरदार महिंदर सिंह प्रजापत का बेटा 200 रुपया। उधर साढ़े सत्कारयोग आ जिहड़ा वीर है इहदे हाथ बिक्रमजीत सिंह जी न्यूजीलैंड वालों 500 रुपया वीर तेरे वास्ते पहुंच गया। लो 300 रुपया पंचायत वालों भी वीरे अपना लैके जा भाई। हां भाई इधर नोटा का मीह पैना, इधर सरपंच साहब के बिक्रमजीत सिंह जी न्यूजीलैंड वालों कुल्ले दे नंद दे जिन्ने जफे सारे जफे 100 रुपया, महिंदर सिंह प्रजापत का बेटा हरजिंदर सिंह वालों हर जफे 200 रुपया, ठेकेदार दिलबाग सिंह वालों हर जफे 100 रुपया। बई जफियो तगड़े हो बई, हुण हर जफे 200, 100, 300 ते कुल्ले दे जफे 500, नंद दे जफे 500 हो गया, हर जफा 300 का हो गया। भाई आ भाई आ भाई सिद्धू आ 300 रुपया, आ 300 रुपया वेख ओए, ओ वेखो 300 रुपया की करी जांदा। आओ सुखा 751 हंदियां दे कोल पहुंच गया है, ते लगदा है जोरदार ताड़ी मार दो सिद्धू, इंज लगदा जिस तरह 500 का नोट जिहड़ा सरों दे तेल च भिओ के रख लिया इन्ना तिलकदा जांदा जाफी दे हाथ चों। हाँ भी इधर भुला मारे वाला जब सरपंच तू भुड़िया सामने हो गया ते अंक गुरदासपुर के खाते भी जाता। हाँ भाई अगली कबड्डी कौन पाउंदा प्रिंस भूमे वडाले वाला, आ बाबे रोडे का चेला अगली कबड्डी पाउंदा भाई, आ बाबे रोडे के दरबारे तो आया लगता है गबरू अज पता लग जाता बाबे रोडे के मत्था टेक के आया कि नहीं आया। आ 500, 300 रुपये का जफा बई गुरबजन और सुखदेव छेड़िया, हाँ 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 सारा ही टब्बर पै गया पिछे कड़ा रह गया, ते अंक रेडर के खाते भी जाता अगली कबड्डी अनमोल। आवे सिंह सरदार गबरू चढ़ती प्रेस है गबरू दी, बहुत ही सोहनिया कबड्डिया पा गए गबरू ने सारे का दिल जितया जी इस खेड मैदान के। हाँ भाई मन मन तो अनमोल अमो सामने मन अनमोल तो मन तो अंक गुरदासपुर के खाते जाता है, अज गुरदासपुर का पलड़ा भारी है।
हां गुरजंट सिंह मेंबर वालों भी 100 रुपया हो गया हर जफे ते। हां भाई अगली कबड्डी कोवाल दी धरती दा पिछा अगली कबड्डी पाउंदा भाई वेख लो सवारी अपने सवान दी आप जिम्मेवार है लाइन ते थोड़ा पिछे हट के बैठ जाओ ए 1.5 क्विंटल दा गबरू जीते डिग पिया ना ते फेर रखियो की बात होंदी है गुरबचन। हां भाई शेरा शेरा दे भेजा आमो सामने आ शेर भेजा भेजा ते शेर शेर दे भेजा भाई हां 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 भाई शेरे दा जफा हो गया हो गया हो गया। रेफरी का फैसला टल होगा पॉइंट उदा होगा इशारा जिदे वल होगा ते अंक जेड़ा है। हां भाई एक किनु अंक हाँ जी हाँ जी अगली कबड्डी जग्गा सिंह सरदार गबरू हाँ भाई जग्गा जम्मिया ते मिलन बधाइया हाँ भाई जग्गे की पाई हुई कबड्डी है थोड़ी मिसअंडरस्टैंडिंग हो गई सी पर फिर खेड मैदान के नत्र पिया टिड्डिया वाला जग्गा सामने गुरबचन ते जग्गा भाई शेरिया थोड़ा बच के होए वो शेरिया थोड़ा बच के होए वो गबरू आउंदा 180 की स्पीड में आउंदा ते अंक अंक जग्गे का हो गया बाबा बुढ़ा साहब स्पोर्ट्स क्लब कत्थू मंगल के खाते में अंक जाता बहुत ही वधिया तेज तरार गबरू जग्गे की पाई हुई कबड्डी अगे छन्ना मैं तेरी कबड्डी की फिर डिमांड आई है इधर छन्ने भी पाई हुई कबड्डी है छन्ना भुला हां चैना चैने नाल हो गई हाथ जोड़िया चैना ते छन्ना हां भाई आ वेखना वेखना भला अंक छन्ने दे खाते भी जाता अगली कबड्डी कौन पाउंदा भाई सुखदेव आ संतु नंगल दी धरती दा गबरू सुखदेव 57 कबड्डी पाउंदा है कबड्डी विच सुखा 57 करके जाणिया जांदा संतू नंगल दी धरती ते इधर देख भाई हां शेबू ना हो गया हाथ जोड़िया शेबू ने बड़ा जेर मौका दिता सी सुखदेव नूं सुखदेव मौका नहीं चक्किया गया भाई अंक बाबा बुड्ढा साहिब स्पोर्ट्स क्लब दे खाते विच जांदा अगली कबड्डी कमल उच्चा लम्मा गबरू मित्रो वड्या वड्या कप्पां दा शिंगार आ अज कुल्ले मांगे वाले दे सद्दे ते बड़े बड़े महंगे मुल दे खिडारी इस खेड मैदान दे विच पहुंचे आ हां भाई लगदा आ बुड्ढा की करदा ओए सट लवा बैठा उंगल ते ते अंक गुरदासपुर दे हां भाई प्रिंस भूमे वडाले दी धरती दा गबरू अगली कबड्डी पाउण दे लई प्रिंस आउंदा हां आ भाई मित्रा आ रंग मुश्की है ना खंग ना खुशकी है इधर गबरू की पाई हुई कबड्डी है इहदी मां ने भी उदो कहता सी कि रब कहिंदा हां 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 ओ भरा रहम कर लो बेचारे दे सारा ही टब्बर पै जांदा ओए इहदी मां भी उदो रब नूं कहिंदी सी कि रब्बा 10 दी 20 किलो कली आउंदी मैं नहीं लैणा मैनूं पक्का रंग चाहीदा जिहड़ा 10 दा अद्धा तोला ही आवे हां भाई ओ मांगे वाला गुरजंट जे जफा लगता तो सरपंच साहब कहिंदे 500 रुपया तेरे नूं कल्ले नूं ते 100 रुपया दिलबाग सिंह ठेकेदार वल्लों आ जाणा ई ते 200 रुपया आ सरदार मिंदर सिंह प्रजापत दे बेड़े वल्लों आउणा ई अज 800-900 दे जफे हो गया ते इधर भेजे नहीं पाई हुई कबड्डी है ते जिहड़ी पाई हुई कबड्डी आ भाई हां भी हर जफे दे 500 हर जफे दे 500 हर जफे दे 500 ठेकेदार दरबार सिंह आ दे दे जी 500 रुपए गुरबचन गुरबचन ओ गुरबचन इधर आ मेरे कोल एक मिनट रेफरी का फैसला हो लेंगे उस वेले देंगे हर जफे दे 500 हो गया भाई जफियो हर जफे दा 500 ओ भुलिया हर जफे दा 500 हो गया भाई जेड़ा जफी दऊगा
ठेकेदार दिलबाग सिंह जी ने सरों के तेल ना भे हैं भाई 500 के नोट तिलकते जाते हथां चो। हाँ भाई अगली कबड्डी आ डडिया वाला जगे की पाई हुई है। महक तेरी कबड्डी की डिमांड, तीन बारी मुंडा कह गया महक की एक कबड्डी पाओ जगा ते सेठू। हाँ लग गया टच, पहला टच हो गया भाई, पहला टच हो गया। आ जी सेठू का 500 हो गया। सेठू आ जा भाई, सीधा नगद नवा ले जा। आ हरजिंदर सिंह जी 200 रुपया तुहाडे वल्लों आउणा जी, अज्ज सेठू नूं दिओ मंगी। हाँ जी आ बिक्रमजीत सिंह न्यूजीलैंड वालों 500 रुपया सेबू तेरा। चलो कोई गल नहीं, दिते गए हूँ फिर, चलो मेहरबानी कोई गल नहीं। हाँ भाई अगली कबड्डी गोपी की पाई हुई है। हाँ भाई सुखदेव, आ सुखदेव 57 की पाई हुई कबड्डी है। वह घुलिया 500 रुपया तेरे जफे का भी आ गया भी इधर ठेकेदार साहब वालों, भुलिया तेरा जफा 2000 का हो गया जी। ते अंक सुखदेव 57 के खाते। वह नोटा का मीह अच गाने च पैन दिया, नोटा का मीह लुट लो भाई, लुट लो लुटिया जाता तो इधर। वह नोटा दिया डफिया खोल के बह गया ठेकेदार साहब, इधर सरपंच साहब वालों नोटा दिया डफिया खोलिया गई इधर। बिक्रमजीत सिंह जी न्यूजीलैंड वालों पंजाबी मां बोलों माण करते हुए 500 रुपये का मान तान होया, धन्यवाद जी। अगली हाँ जी 500 रुपया सरदार दिलबाग सिंह ठेकेदार वालों, दविंदर सिंह जी वालों सरदार महेंद्र सिंह प्रजापत का बेटा 200 रुपया हर जफे का, सरपंच साहब के मैनेजर गुरुद्वारे सत्कारयोग मैंबर साहब जी वालों 100-100। ठेकेदार वालों 500 रुपये का जफा हो गया। हाँ सबू 500 का प्रिंस 500 का जफा हो, नहीं बई नहीं बई आ गभरू गया। इन्हें बेचारे 100 ही दे छड़िया करो, जोर रेडर भी बड़ा लाते जी, कले जाफी नहीं लाते रेडर का पूरा। घुलिया तेरा 500 का जफा हो गया, घुलिया मैं चगाने वाला वो तेज तरा रही हो। आ 2000 का जफा ही घुले का, घुलिया 2000, घुलिया 2000, घुलिया 2000। हाँ पिंक रंग का आ मोदी वाला नीला रोड डालर वर्गा लगता ही दूरों, 2000 आ भी भेजा। आ भोएगे वाला भेजा, भोए वाला आ जा भी थोड़ा जा सामने आ जा। आवे मित्रा 1000 रुपये के जफे हो गया ठेकेदार दिलबाग सिंह जी, सरपंच साहब जी, न्यूजीलैंड वाले बिक्रमजीत सिंह जी, आ दविंदर सिंह जी, पता नहीं किन्ने कवीर ने अज। हाँ गुरबचन, गुरबचन मिट्टी मुट्टी ला लो, मोटी ला लो, 500 का नोट क्यों तिलकता जाता तुहाडे हाथ चों। हाँ अगली कबड्डी कमल उच्चा लम्मा गभरू है भाई, इस गभरू के पिंडे जिन्हें मिट्टी लाती उत्ते हजारों का मीह वर जाना जी, क्योंकि यह गभरू अजे तक जफा नहीं लगा। खा लो गुस्सा ना भाई। हाँ हाँ भाई, हाँ हाँ भाई मित्रों आ वेखना है, वेखना बनती गल के नहीं जी। अंक अंक जरा गुरदासपुर के खाते जाता। आ भाई जगह डटिया वाला जगह इधर जगह। हाँ हो लै 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 तो पला हो जाए, आप 500 के नोटा ने कमरे करते भाई। हाँ भाई भुलिया आ दिलबाग सिंह वालों 500 रुपया ठेकेदार, सरपंच साहब वालों, आ न्यूजीलैंड वाले बिक्रमजीत वालों, आ दविंदर सिंह वालों, आ सरपंच दूपुरिया। हाँ आ ले भाई आ 500 रुपया आ गया जी, आ ठेकेदार वालों 500 रुपया चल गया मेरे ख्याल। आ दविंदर सिंह आओ भाई मित्रों पा दे घुल नप दो, अच घुल नोटा में शामा घुला लभे ना घर दू इन्ने के नोटा च नप दो। आ भुले तेरे जफे दे हरजिंदर सिंह वालों, सूबेदार मेजर सिंह वालों भी भुले ली बहुत वे नाम है शालू नप दे अच घुले नोटा च। अकवैद वाला गोरा 200 होर घलता घुले ली, भुले तगड़ा हो अज। हाँ भी इधर कौन कबड्डी पाँगा अगली। अज नोट नहीं इतने डालर का मीह पैन दिया। शालू भी 200 रुपया घुले ली, क्या बात है शालू।
अजे 15,000 का मोबाइल भी भुलिया मिलना। अनमोल अनमोल की पाई हुई कबड्डी है। हाँ जी जाफी साहब जी जफा हो गया वा, यह जफा हो गया ठेकेदार साहब। उधर शालू 500 गुले नु देंदा। हाँ भी महाबली 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 राखे किता है खिच गाड़ा। अर्जा 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 खर्चा हो खर्चा 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 500 रुपया महाबली का 500 भी 500 रुपया महाबली जी ठेकेदार है वो ठेकेदार दिलबाग सिंह वाला 500। अब महाबली 500 रुपया ठेकेदार वालों आप ही पिछले जफे का 500 रह गया सेबू का इधर रह गया पिछले जफे का। महाबली 200 रुपया कोर आ गया तेरा भाई। महाबली 200 रुपया हरजिंदर वालों लोधी साहब दाल तू रखना ही हूं। हां दिलबाग सिंह वालों 500 रुपया। हाँ ठेकेदार दिलबाग सिंह वालों 500 रुपया कुल्ले। दिलबाग सिंह ठेकेदार कहिंदा कुल आ जफा लावे ते 500 इहदा एक 500 ठेकेदार जी रह गया पिछले जफे का नहीं दिता जी इहनूं नहीं दिता नहीं ओए फैसला इहदे हक च होया। हाँ 200 रुपया सुखे 751 लई निकल आउंदा ते शालू वालों सुखदेव लई 200। सरदार दिलबाग सिंह जी ए 500 रुपया आ सेबू का 500 रुपया यह दिलबाग सिंह ठेकेदार वालों 500 रुपया पुजता हो गया तेनों कोई हूं के कोई पैसा पेंडिंग नहीं। आ 200 रुपया सुखदेव के कबड्डी के शालू वालों 200 रुपया जे सुखदेव निकल के आता नहीं तो शालू कहता मैं गुस्से ना जेब च पा लूंगा। हाँ भाई आ शेरिया आ शेरिया शेरिया 200 ही शेरिया 200 ही बच्चे की जान लेगा गया। ओ भतीजा तेरा सुख्या ना कर ओ ना कर ओ भतीजा तेरा ओए तेरा भतीजा ओए तेरा चाचा लगदा मुंडे दा कोई गल नहीं। कुलिया दिलबाग सिंह वाले 500 रुपया कुलिया दिलबाग सिंह कहिंदा 500 रुपया वसाली आ वसल दे जफे दा 500 ओ 500 ओ 500 500 500 500 500 500 नहीं भाई नहीं भाई 500 रुपया जाता रहा घुले तो थुतल के निकल गया 500। हाँ भाई आप प्रिंस रेडर दे भी लो पैसा आ सर्विस मैंबर वालों 200 रुपया प्रिंस तेरी कबड्डी का भाई 200 सरपंच का प्रिंस की कबड्डी का हो गया भाई। आ शेरा जख्मी हो गया जख्मी शेर होर भी खतरनाक होंदा। ठेकेदार दिलबाग सिंह कनेडा परिवार वालों 500 लगता है कि माधो भी गुस्सा खा गया। आ 500 रुपया भैया ठेकेदार जाफिया ने नोट छापने वाली मशीन लाती है बिच दरबार सिंह कनेडा परिवार वालों जिन्हें जफे आ 200 रुपया भाई आला भी मित्रा 213 प्रिंस ये सरपंच साहब वालों सरदार सुखदेव सिंह जी 200 रुपया भेज दिया तेन। हाँ भाई उधर उधर लगता है कि कमल मन उधर गुस्सा खा गया आ सुखिया हर जफे का 500 आ सरपंच साहब वालों सुखे का 200 रुपया तेरे दिलबाग सिंह ठेकेदार कनेडा परिवार वालों हर जफे के 500। हाँ शेबू शेबू 500 रुपया 500 रुपया तो कह दूंगा मर्जू जा मार दिए। हाँ सरपंच जी 200 रुपया सुख है 751 आ जा इधर सरपंच साहब जी मिल के जा इधर अज लोते तू ही कमला हो जाना नोट वंडन लगिया शामा नूं कुलिया तू जफा लाउंदा ते कनेडा परिवार वालों 500 रुपया है उधर मन बड़ा जतन किया है पर अनमोल भज लख तेरा तला हो जाए। मैं कह तेरी कबड्डी की डिमांड आई है फिर मैं दिया कबड्डिया की डिमांड आँदी है क्योंकि जो उम्र छोटी बच्चा पर कमाल का खिलाड़ी है। आ भेजा भेजा हाँ दरबार सिंह वालों 500 जफे रह गए रेडर का।
हाँ जी सरदार दरबार सिंह कनेडा परिवार वालों 500 रुपया भी फायदा हो गया। हाँ भाई 500 हो 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 ओ नहीं भाई आ गया जी। हाँ कुलिया 500 रुपया दलबार सिंह दे तरन तारण तो सरदार तीर्थ सिंह कहते हैं कि 500 रुपया दें या कोई लाजफा लाता दे। हाँ भाई नहीं जफेदा लगा है 500 मित्रों आप भेजे तो 500 रुपया किसी ने अनाउंस करवाया सी मेरे दिमाग चो निकल गया भेजे दी कबड्डी ने 500 सी हाँ भाई अगली कबड्डी प्रिंस प्रिंस बटाला ਭੁੰਮੇ ਬਟਾਲੇ ਦੀ ਧਰਤੀ ਦਾ ਹੈਗਾ ਬਰੋ ਭਾਈ ਵਿਦਰੋ ਤੀਰਥ ਸਿੰਘ ਠੇਕੇਦਾਰ ਵੱਲੋਂ ਵੀ 500 ਆ ਗਿਆ ਜੀ ਦੋ ਦੋ ਕਬੱਡੀਆਂ ਰਹਿ ਗਈਆਂ ਉਹ ਸ਼ਾਬਲੇ ਜਿੰਨੇ ਛਾਪੇ ਜਾਂਦੇ ਆ ਗੁਰਬਚਨਿਆ ਉਹ ਗੁਰਬਚਨਿਆ ਸ਼ਾਬਲਾ ਜਿੰਨੇ ਛਾਪੇ ਜਾਂਦੇ ਆ ਪ੍ਰਿੰਸ ਤੇ ਗੁਰਬਚਨ ਆਮੋ ਸਾਹਮਣੇ ਆ ਤੇ ਅੰਕ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਦੇ ਖਾਤੇ ਹਾਂ ਹਾਂ ਕਹਿੰਦੇ ਨੇ ਕਿ ਹਰ ਜਫੇ ਦੇ 500 ਰੁਪਈਆ ਸਰਦਾਰ ਦਲਬਾਗ ਸਿੰਘ ਜੀ ਮਹਿੰਦਰ ਸਿੰਘ ਦਾ ਬੇਟਾ ਦਵਿੰਦਰ ਸਿੰਘ 200 ਰੁਪਈਆ ਸਰਪੰਚ ਸਾਹਿਬ ਹਾਂ ਬਈ ਕੀ ਬਣਿਆ ਟੱਬਰ ਟੱਚ ਟੱਬਰ ਟੱਚ ਦਾ ਅੰਕ ਬੋਸਣ ਭਗਤੂ ਕੁੜੀ ਦੇ ਖਾਤੇ ਜਾਂਦਾ ਹਾਂਜੀ ਹਾਂ ਬਈ ਸੁਖਿਆ ਉਹ 200 ਰੁਪਈਆ ਛੱਪਿਆ ਲੋ ਮਿਲ ਗਿਆ ਮਿਲ ਗਿਆ 100 ਸ਼ੇਰੇ ਨੇ ਦੇਤਾ ਤਾਂ 100 ਸੇਬੂ ਨੇ ਦੇਤਾ ਸਰਪੰਚ ਸਾਹਿਬ ਛੱਪਿਆ 100 ਸੇਬੂ ਨੇ ਦੇਤਾ ਤਾਂ 100 ਹੀ ਸ਼ੇਰੇ ਨੇ ਦੇਤਾ ਜੀ ਆ ਇੱਕ 200 ਰੁਪਈਆ ਸੁਖੇ ਦਾ ਰਾਜ ਸਰਬਜੀਤ ਸਿੰਘ ਮੈਂਬਰ ਮੈਂ ਕਿ ਅੱਜ ਗਾਵੇਂ ਦੀ ਧਰਤੀ ਦਾ ਗੱਭਰੂ ਮੈਂ ਕਿ ਓਏ ਉਹ 500 ਰੁਪਈਆ ਉਹ ਮਨ 500 ਉਹ ਮਨ 500 ਉਹ ਮਨ 500 ਉਹ ਦਰਬਾਰ ਸਿੰਘ ਠੇਕੇਦਾਰ ਤੇ ਤੀਰਥ ਸਿੰਘ ਆ 500 ਰੁਪਈਆ ਦਰਬਾਰ ਸਿੰਘ ਠੇਕੇਦਾਰ ਵੱਲੋਂ ਤੇ ਸਰਦਾਰ ਮਹਿੰਦਰ ਸਿੰਘ ਜੀ ਕੈਨੇਡਾ ਕੈਨੇਡਾ ਪਰਿਵਾਰ ਦਲਬਾਗ ਸਿੰਘ ਠੇਕੇਦਾਰ ਵੱਲੋਂ ਮਨ ਦਾ 500 ਰੁਪਈਆ ਸਰਦਾਰ ਤੀਰਥ ਸਿੰਘ ਜੀ ਠੇਕੇਦਾਰ ਸਾਹਿਬ ਕੈਨੇਡਾ ਪਰਿਵਾਰੋਂ ਹਰਜਿੰਦਰ ਸਿੰਘ ਵੱਲੋਂ 200 ਰੁਪਈਆ ਮਨ ਆ ਜਾ ਬਈ ਸਰਦਾਰ ਹਰਜਿੰਦਰ ਸਿੰਘ ਜੀ 200 ਰੁਪਈਆ ਹਾਂ ਬਈ ਔਰ ਰੇਟ ਤੇ ਲਾਉਣਾ ਕਿਸੇ ਨੇ 500 ਆਖਰੀ ਦੋ ਹੈ ਜੀ ਅਜਿੰਦੇ ਵੱਲੋਂ ਮਹਿੰਦਰ ਸਿੰਘ ਪ੍ਰਜਾਪਾਟ ਦਾ ਬੇਟਾ 1000 ਰੁਪਈਏ ਦੀ ਰੇਡ ਆ ਜਿਹੜਾ ਲੈ ਜੇ ਉਹ ਜਿਹੜਾ ਲੈ ਜੇ 1000 ਰੁਪਈਆ ਉਹ 2000 ਜਿਹੜਾ ਲੈ ਜੇ ਉਹ 2000 1000 3000 ਹਾਂਜੀ ਆਇਆ ਵੀ 2000 ਰੁਪਈਆ ਕੈਨੇਡਾ ਪਰਿਵਾਰ ਵੱਲੋਂ ਦਰਬਾਰ ਸਿੰਘ ਠੇਕੇਦਾਰ ਆ ਜਿਹੜਾ ਲੈ ਗਿਆ 2000 2000 ਰੁਪਈਆ ਹਰਜਿੰਦਰ ਸਿੰਘ ਮਹਿੰਦਰ ਸਿੰਘ ਦਾ ਬੇਟਾ ਗੁਰਬਚਨਿਆ 3000 ਓ ਪ੍ਰਿੰਸ ਓ ਪ੍ਰਿੰਸ 3 ਓ 3 ਆ ਲਈ ਆ ਜੀ 3000 ਆ ਜਾ ਜੀ ਹਰਜਿੰਦਰ ਸਿੰਘ ਜੀ ਆ ਜਾ ਆ ਜਾ ਕਰੋ ਮਾਨਤਾ ਆ 2000 ਲੈ ਵੀ ਸਰਦਾਰ ਦਲਬਾਗ ਸਿੰਘ ਠੇਕੇਦਾਰ ਵੱਲੋਂ ਅੱਜ ਮੀਂਹ ਪੈ ਗਿਆ ਇੱਥੇ ਡਾਲਰਾਂ ਦਾ ਮੀਂਹ ਪੈ ਗਿਆ ਕੈਨੇਡਾ ਪਰਿਵਾਰ ਦਲਬਾਗ ਸਿੰਘ ਠੇਕੇਦਾਰ ਵੱਲੋਂ 2000 ਰੁਪਈਆ ਹੋ ਹਰਜਿੰਦਰ ਸਿੰਘ ਜੀ 1000 ਹਰਜਿੰਦਰ ਦਾ ਲਾਇਆ ਤੁਹਾ ਨਹੀਂ ਤੁਹਾਂ ਰੇਟ ਤੇ ਲਾਇਆ ਕਬੱਡੀ ਦੇ ਲਗਾਇਆ ਆਖਰੀ ਤੇ ਉਹ ਕਹਿੰਦੇ ਜੀ ਆਪਾਂ ਜੱਫੇ ਦੇ ਹਾਂਜੀ ਅੱਜ ਦਾ ਬੈਡ ਜੱਫੇ ਜਿਹੜਾ ਉਹ ਸਿੱਧੂ ਦਰਗਾਹ ਵਧੀਆ ਰਿਹਾ 4 ਜੱਫੇ ਲਾ ਕੇ ਤੇ ਜੇ ਅੱਜ ਬੈਸਟ ਰੇਟ ਦੀ ਗੱਲ ਕਰੀਏ ਠੀਕ ਹੈ ਯਾਰ ਹਰਜਿੰਦਰ ਸਿੰਘ ਜੀ ਆ 200 ਰੁਪਈਆ ਇਸ ਦੀ ਕਬੱਡੀ ਦੇ ਸਨਮਾਨ ਹੋਣ ਲੱਗਾ ਬਈ ਸਰਦਾਰ ਸੁਖਦੇਵ ਸਿੰਘ ਸਰਪੰਚ ਤੇ ਬਿਕਰਮਜੀਤ ਸਿੰਘ ਜੀ ਨਿਊਜ਼ੀਲੈਂਡ ਵੱਲੋਂ ਘੁੱਲੇ ਦਾ ਮੋਬਾਈਲ ਦੇ ਨਾਲ ਸਨਮਾਨ
हाँ आज का जेड़ा बेस्ट रेडर है वो गोपी कुमार ते सिद्धू बेस्ट जाफी है। आज का बेस्ट रेडर जेड़ा है वो गोपी कुमार ते सिद्धू दरगाहबादी है बेस्ट जाफी है। आओ जरा कैमरे के सामने आ जाओ भाई, अज घुले माने वाले का 15,000 रुपये के मोबाइल न सम्मान हो लगे। बिक्रमजीत सिंह जी न्यूजीलैंड, सरदार सुखदेव सिंह जी सरपंच ਕੁਲੇਦਾ 15,000 रुपये ਦੇ ਮੋਬਾਈਲ ਨਾਲ ਸਨਮਾਨ ਸੁਦੇਵ ਸਿੰਘ ਜੀ ਸਰਪੰਚ ਵੱਲੋਂ ਆ ਬਿਕਰਮਜੀਤ ਸਿੰਘ ਜੀ ਨਿਊਜ਼ੀਲੈਂਡ ਵੱਲੋਂ ਆ 15,000 रुपये ਦਾ ਮੋਬਾਈਲ ਆ। ਆ ਬੜਾ ਉਤਸ਼ਾਹ ਹੈ ਪਿੰਡ ਦਾ ਭਲਵਾਨ ਆ ਬਈ ਮਾਗੇ ਵਾਲਿਓ ਧੰਨਵਾਦ ਤੁਹਾਡਾ। ਅੱਜ ਲੋਟਾਂ ਦਾ ਮੀਂਹ ਵਾਰਤਾ ਆ ਸਰਦਾਰ ਦਿਲਬਾਗ ਸਿੰਘ ਜੀ ਠੇਕੇਦਾਰ ਸਾਹਿਬ ਪੱਲੇ 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 ਅੱਜ ਤੱਕ ਨਜ਼ਾਰਾ ਆ ਗਿਆ। ਆਪ ਗੱਲ ਕਰੀਏ ਜੇ ਸਰਪੰਚ ਸਾਹਿਬ ਦੀ ਕਰੀਏ ਤਾਂ ਕਮਾਲ ਹੋ ਗਿਆ ਜੀ ਇਸ ਖੇਡ ਮੈਦਾਨ ਦੇ ਵਿੱਚ। ਇੱਥੇ ਬਿਕਰਮਜੀਤ ਸਿੰਘ ਜੀ ਨਿਊਜ਼ੀਲੈਂਡ ਵਾਲੇ, ਸਰਪੰਚ ਸੰਦੀਪ ਸਿੰਘ, ਅਮਿੰਦਰ ਸਿੰਘ ਪ੍ਰਜਾਪਤ ਉਹਨਾਂ ਦਾ ਬੇਟਾ ਹਰਜਿੰਦਰ ਸਿੰਘ, ਦਰਬਾਰ ਸਿੰਘ, ਸਰਦਾਰ ਗੁਰਜੰਟ ਸਿੰਘ ਮੈਂਬਰ ਵਰਗੇ ਬੜੇ ਬੜੇ ਧਾਕੜ ਲੋਕਾਂ ਨੇ 1,000 रुपये ਦਾ ਮੀਂਹ ਪਾ ਦਿੱਤਾ ਹੈ।